ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਦਹਿਸ਼ਤ ਪੈਦਾ ਹੋ ਜਾਂਦੀ। ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਲੋਕ ਜਿਸ ਤਰੀਕੇ ਦੇ ਨਾਲ ਇਹਦਾ ਨੈਗੇਟਿਵਿਟੀ ਵਾਰਦੇ ਹਾਂ, ਇਸ ਤਰੀਕੇ ਦੇ ਨਾਲ ਕਰੋਨਾ ਦੀ ਨੈਗੇਟਿਵਿਟੀ ਜੇ ਵਾਰੋਗੇ ਨਾ ਤਾਂ ਲੋਕ ਸਮਝ ਪੈਣਗੇ, ਲੋਕ ਘਰਾਂ 'ਚ ਬਹਿਣ, ਲੋਕ ਘਰਾਂ 'ਚੋਂ ਨਾ ਨਿਕਲਣ, ਲੋਕ ਨਹੀਂ ਆਉਂਦਾ ਹੋਵੇ। ਪਰ ਇਹਦੇ ਨਾਲ ਮੈਂ ਤੁਹਾਨੂੰ ਗੱਲ ਦੱਸਦਿਆਂ, ਇਹ ਬੇ ਇਲਾਜ ਬਿਮਾਰੀ ਹੈ। ਜਦੋਂ ਇਹਦੇ ਫੇਫੜੇ ਜਦੋਂ ਵਿਗੜਦੇ ਨੇ, ਜਦੋਂ ਬੰਦੇ ਦਾ ਸਾਹ ਔਖਾ ਹੁੰਦਾ ਆ, ਉਹ ਚਾਹੁੰਦਾ ਮੈਨੂੰ ਕੋਈ ਦਵਾਈ ਦਿੱਤੀ ਜਾਵੇ, ਮੇਰੇ ਕੋਲ ਡਾਕਟਰ ਵਾਰ ਵਾਰ ਆ ਕੇ ਮੈਨੂੰ ਪੁੱਛੇ, ਮੈਨੂੰ ਕੋਈ ਪ੍ਰਬੰਧ ਕਰੇ, ਪਰ ਇਹਦਾ ਕੋਈ ਇਲਾਜ ਨਹੀਂ ਜੇ ਹੈ। ਦੇਖੋ ਜੇ ਕੋਈ ਕਮੀ ਹੋਵੇ ਤਾਂ ਅਗਰ ਰੌਲਾ ਪੈਂਦਾ, ਅਦਰਵਾਈਜ਼ ਕਮੀ ਤੋਂ ਬਗੈਰ ਨਹੀਂ ਪੈਂਦਾ। ਦੋ ਤਿੰਨ ਦਿਨ ਪਹਿਲੇ ਗੁਰੂ ਨਾਨਕ ਹਸਪਤਾਲ ਸੇ ਨਰਸਿੰਗ ਸਟਾਫ ਕੀ ਔਰ ਸੇ ਹਾਸਪਿਟਲ ਔਰ ਪ੍ਰਸ਼ਾਸਨ ਕੇ ਖਿਲਾਫ ਰੋਸ ਪ੍ਰਦਰਸ਼ਨ ਕੀਆ ਜਾ ਰਹਾ ਹੈ। ਰੋਸ ਪ੍ਰਦਰਸ਼ਨ ਕਰਤੇ ਹੋਏ ਨਰਸਿੰਗ ਸਟਾਫ ਨੇ ਬਤਾਇਆ ਥਾ ਕਿ ਉਨਕੋ ਹਾਸਪਿਟਲ ਕੀ ਔਰ ਸੇ ਕਰੋਨਾ ਮਰੀਜ਼ੋ ਕੇ ਪਾਸ ਜਾਣੇ ਕੇ ਲੀਏ ਕੋਈ ਪੁਖਤਾ ਪ੍ਰਕੋਸ਼ਨ ਨਹੀਂ ਦੀਏ ਗਏ, ਜੈਸੇ ਕਿ ਮਾਸਕ, ਦਸਤਾਨੇ ਔਰ ਉਨਕੇ ਪਾਸ ਕਰੋਨਾ ਮਰੀਜ਼ੋ ਕੇ ਪਾਸ ਜਾਣੇ ਕੇ ਲੀਏ ਕਿੱਟੇ ਵੀ ਨਹੀਂ ਹੈ, ਜਿਸਕੇ ਖਿਲਾਫ ਨਰਸੋਂ ਕੀ ਔਰ ਸੇ ਪ੍ਰਦਰਸ਼ਨ ਕੀਆ ਜਾ ਰਿਹਾ ਹੈ। ਔਰ ਲਗਭਗ ਦੋ ਦਿਨ ਕੇ ਬਾਅਦ ਅੰਮ੍ਰਿਤਸਰ ਕੇ ਸਾਂਸਦ ਗੁਰਜੀਤ ਸਿੰਘ ਔਜਲਾ ਨਰਸੋਂ ਕੀ ਸਾਰ ਲੈਣੇ ਕੇ ਲੀਏ ਪਹੁੰਚੇ। ਪੱਤਰਕਾਰੋਂ ਸੇ ਬਾਤ ਕਰਤੇ ਹੋਏ ਉਨ੍ਹੋਂਨੇ ਬਤਾਇਆ ਕਿ ਜੋ ਨਰਸ ਸਟਾਫ ਕੋ ਦਿੱਕਤੋਂ ਕਾ ਸਾਹਮਣਾ ਕਰਨਾ ਪੜ ਰਿਹਾ ਹੈ, ਉਸਕੇ ਲੀਏ ਆਜ ਵਿਚਾਰ ਵਿਮਰਸ਼ ਕੀਏ ਗਏ ਹੈ। ਡਾਕਟਰੋਂ ਔਰ ਮੈਡੀਕਲ ਕੀ ਟੀਮ ਕੋ ਦੇਖ ਰੇਖ ਕੇ ਲੀਏ ਉਨਕੋ ਸਪੈਸ਼ਲ ਕਰੋਨਾ ਵਾਇਰਸ ਸੇ ਬਚਾਵ ਕੇ ਲੀਏ ਮਾਸਕ, ਦਸਤਾਨੇ ਔਰ ਕਿੱਟਸ ਵੀ ਪ੍ਰੋਵਾਈਡ ਕਰਵਾਈ ਜਾਏਗੀ। ਪੱਤਰਕਾਰੋਂ ਕੇ ਸਵਾਲ ਪਰ ਜਵਾਬ ਦੇਤੇ ਹੋਏ ਸਾਂਸਦ ਨੇ ਬੋਲਾ ਕਿ ਜਬ ਸੇ ਗੁਰੂ ਨਾਨਕ ਦੇਵ ਹਸਪਤਾਲ ਮੇਂ ਖਾਲਸਾ ਜੀ ਕਾ ਦੇਹਾਂਤ ਹੁਆ ਹੈ, ਤਬ ਸੇ ਲੋਗੋਂ ਕੇ ਮਨ ਮੇਂ ਗੁਰੂ ਨਾਨਕ ਦੇਵ ਹਸਪਤਾਲ ਕੇ ਲੀਏ ਨੈਗੇਟਿਵਿਟੀ ਆ ਚੁਕੀ ਹੈ। ਔਰ ਉਨ੍ਹੋਂਨੇ ਮਾਨਾ ਕਿ ਗੁਰੂ ਨਾਨਕ ਹਾਸਪਿਟਲ ਮੇਂ ਕੁਛ ਕਮੀਆਂ ਤੋ ਜ਼ਰੂਰ ਹੈ, ਇਸ ਲਈ ਲੋਕ ਪ੍ਰਾਈਵੇਟ ਹਸਪਤਾਲ ਮੇਂ ਜਾਣੇ ਕਾ ਰੁਖ ਕਰ ਰਹੇ ਹੈ। ਔਰ ਸਾਥ ਹੀ ਉਨ੍ਹੋਂਨੇ ਲੋਗੋਂ ਸੇ ਵੀ ਅਪੀਲ ਕੀ ਹੈ ਕਿ ਵਹ ਵੀ ਆਪਣੇ ਘਰੋਂ ਮੇਂ ਰਹੇ, ਤਾਂ ਜੋ ਇਸ ਕਰੋਨਾ ਬਿਮਾਰੀ ਕੋ ਖਤਮ ਕਰਨੇ ਮੇਂ ਵਹ ਵੀ ਸਰਕਾਰ ਕਾ ਸਹਿਯੋਗ ਕਰ ਸਕੇ। ਅੱਜ ਜਿਹੜੀ ਇੱਥੇ ਆਇਆਂ ਦੀ ਮੀਟਿੰਗ ਮੇਰੀ ਹੋਈ ਆ ਅੱਜ, ਕਿਉਂਕਿ ਨਰਸ ਸਟਾਫ ਦੀ ਵਾਰ ਵਾਰ ਸਾਨੂੰ ਮੈਸੇਜ ਆ ਰਿਹਾ ਕਿ ਅਸੀਂ ਕੰਮ 'ਤੇ ਨਹੀਂ ਪ੍ਰੋਪਰ ਜਾਣਾ ਜਿੰਨਾ ਚਿਰ ਸਾਨੂੰ ਸਾਡੀ ਸੁਰੱਖਿਅਤ ਸਾਡੀ ਕੰਪਲੀਟ ਨਹੀਂ ਕੀਤੀ ਜਾਂਦੀ। ਸੋ ਅੱਜ ਪ੍ਰਿੰਸੀਪਲ ਸਾਹਿਬ ਨੇ, ਡਾਕਟਰ ਸਾਹਿਬ ਨੇ ਇਹਨਾਂ ਨਾਲ ਬਹਿ ਕੇ ਅਸੀਂ ਹੁਣ ਸਾਰੀ ਪਲੈਨ ਕਰ ਲੈਂਦੇ ਹਾਂ ਕਿ ਅਸੀਂ ਮੰਨ ਲਾਂਗੇ ਕਿੰਨੀ ਕਿੱਟ ਚਾਹੀਦੀ। ਅਸੀਂ ਨਹੀਂ ਚਾਹੁੰਦੇ ਕੋਈ ਵੀ ਜਿਹੜਾ ਮਰੀਜ਼ ਬੰਦਾ ਆ ਉਹਦੇ ਲਾਗੇ ਕੋਈ ਬੰਦਾ PPE ਕਿੱਟ ਤੋਂ ਬਗੈਰ ਜਾਵੇ, ਕੋਈ ਬੰਦਾ ਉਹਨੂੰ ਇਲਾਜ ਕਰੇ, ਚਾਹੇ ਫੋਰਥ ਕਲਾਸ ਹੈ ਚਾਹੇ ਡਾਕਟਰ ਹੈ, ਹਰ ਬੰਦਾ ਦੀ ਜਿਹੜੀ ਜ਼ਿੰਦਗੀ ਆ ਉਹ ਸੇਫ ਹੋਣੀ ਚਾਹੀਦੀ ਹੈ। ਸੋ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਖਦਸ਼ਾ ਸੀ, ਉਹ ਮੈਂ ਇਹਨਾਂ ਨੂੰ ਯਕੀਨ ਦਵਾਇਆ ਵੀ ਉਹ ਪੂਰਨ ਤੌਰ 'ਤੇ ਕੰਪਲੀਟ ਹੋਏਗਾ। ਦੂਸਰੀ ਗੱਲ, ਕੁਛ ਸਮਾਨ ਲੈਣ ਦਾ ਜਿਵੇਂ ਸਿਸਟਮ ਪਰੰਪਰਾਵਾਦੀ ਬਣਿਆ ਕਿ ਇੱਕ ਚੀਜ਼ ਲੈਣੀ ਆ, ਉਹਦੇ ਵਾਸਤੇ ਪੰਜ ਪੰਜ ਛੇ ਛੇ ਪ੍ਰੋਬਲਮਾਂ ਸੀ, ਉਹ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਪ੍ਰੋਬਲਮ ਨੂੰ ਬੰਦ ਕਰੋ, ਤੁਸੀਂ ਜਿਹੜਾ ਜਿਹੜਾ ਸਮਾਨ ਹੈ ਪ੍ਰਤੀ ਵਾਰਡ ਉੱਥੇ ਪਹੁੰਚਾਓ, ਡੇਲੀ ਇੱਕ ਬੰਦਾ ਜਿਹੜਾ ਉਹਨਾਂ ਦੀ ਡਿਮਾਂਡ ਲੈ ਕੇ ਇਹਨਾਂ ਕੋਲ ਅਪਰੂਵਲ ਜਿਹੜੀ ਲੈਣ ਦੀ ਲੋੜ ਹੈ ਉਹ ਲੈ ਲਿਆ ਕਰੇਗਾ। ਹਾਂ, ਇਹਨਾਂ ਕੋਲ ਮਾਲ ਸਮਾਨ ਨਹੀਂ ਹੈਗਾ, ਐਮਰਜੈਂਸੀ ਇਹਨਾਂ ਰੱਖਿਆ 200-400, ਉਹ ਅਸੀਂ ਆਪਣੇ ਆਪ ਇਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਵਾਈਡ ਕਰਾ ਕੇ ਜ਼ਰੂਰ ਦੇਵਾਂਗੇ। PPE ਕਿੱਟ, ਮਾਸਕ, N95 ਔਰ ਗਲਵਜ਼, ਇਹੋ ਜਿਹੀਆਂ ਚੀਜ਼ਾਂ ਤੋਂ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਇਹ ਹੋਸਪਿਟਲ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ ਕਿਸੇ ਵੀ ਤਰ੍ਹਾਂ। ਕੁਝ ਲੋਕ ਗੁਰੂ ਨਾਨਕ ਹਾਸਪਿਟਲ ਆਉਣਾ ਪਸੰਦ ਨਹੀਂ ਕਰਦੇ ਹੁਣ। ਦੇਖੋ ਕਈ ਵਾਰ ਲੋਕਾਂ ਦੇ ਮਨ ਦੇ ਵਿੱਚ ਦਹਿਸ਼ਤ ਪੈਦਾ ਹੋ ਜਾਂਦੀ। ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਲੋਕ ਜਿਸ ਤਰੀਕੇ ਦੇ ਨਾਲ ਇਹਦਾ ਨੈਗੇਟਿਵਿਟੀ ਵਾਰਦੇ ਹਾਂ, ਇਸ ਤਰੀਕੇ ਦੇ ਨਾਲ ਕਰੋਨਾ ਦੀ ਨੈਗੇਟਿਵਿਟੀ ਜੇ ਵਾਰੋਗੇ ਨਾ ਤਾਂ ਲੋਕ ਸਮਝ ਪੈਣਗੇ, ਲੋਕ ਘਰਾਂ 'ਚ ਬਹਿਣ, ਲੋਕ ਘਰਾਂ 'ਚੋਂ ਨਾ ਨਿਕਲਣ, ਲੋਕ ਬਗੈਰ ਕੰਮ ਤੋਂ ਲੋਕ ਇਕੱਠੇ ਹੁੰਦੇ ਨੇ। ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ, ਇੱਧਰ ਕੈਮਰੇ ਮਾਰੋ, ਮੈਂ ਬੜੀ ਵਾਰੀ ਸਾਰਿਆਂ ਨੂੰ ਕਹਿ ਚੁੱਕਾ ਭਾਈ ਦੂਰ ਦੂਰ ਖਲੋ, ਹੁਣ ਨਹੀਂ ਖਲੋਂਦੇ, ਹੁਣ ਮੈਂ ਇਹਦੇ 'ਚ ਕਿਆ ਕਰ ਸਕਦਾ। ਇਹਦੇ ਇੰਡੀਵਿਜੁਅਲ ਫੈਸਲੇ ਨੇ ਨਾ ਲੋਕਾਂ ਦੇ, ਲੋਕ ਇੰਡੀਵਿਜੁਅਲ ਫੈਸਲੇ ਸਹੀ ਲੈ ਲੈਣ ਤਾਂ ਬੜਾ ਇਸ ਬਿਮਾਰੀ ਤੋਂ ਵੈਸੇ ਹੀ ਬਚਿਆ ਜਾ ਸਕਦਾ। ਬਾਕੀ ਜਿੱਦਾਂ ਗੁਰੂ ਨਾਨਕ ਦੇਵ ਹੋਸਪਿਟਲ ਦੀ ਗੱਲ ਹੈ, ਦੇਖੋ ਆ 2-3 ਦਿਨ ਦੇ ਵਿੱਚ ਬਹੁਤ ਇੱਕ ਕੀਰਤਨ ਆਪਣੇ ਭਾਈ ਸਾਹਿਬ ਦੀ ਡੈਥ ਹੋਣ ਕਰਕੇ, ਦੂਸਰਾ ਨਰਸਿਸ ਦੇ ਬਾਹਰ ਹੋਣ ਕਰਕੇ ਕੁਛ ਜ਼ਿਆਦਾ ਹੀ ਸੋਸ਼ਲ ਮੀਡੀਆ 'ਤੇ ਨੈਗੇਟਿਵਿਟੀ ਗਈ ਆ। ਮੈਂ ਯਕੀਨ ਦਵਾਉਣਾ ਚਾਹੁੰਦਾ ਕਿ ਇੱਥੇ ਜਿਹੜਾ ਪ੍ਰਬੰਧ ਹੋਇਆ ਸਰਕਾਰ ਨੇ ਪੁਖਤਾ ਪ੍ਰਬੰਧ ਕੀਤਾ, ਅਸੀਂ ਲੋਕ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦਾ ਹੋਵੇ। ਪਰ ਇਹਦੇ ਨਾਲ ਮੈਂ ਤੁਹਾਨੂੰ ਗੱਲ ਦੱਸ ਦਿਆਂ, ਇਹ ਬੇ ਇਲਾਜ ਬਿਮਾਰੀ ਹੈ। ਜਦੋਂ ਇਹਦੇ ਫੇਫੜੇ ਜਦੋਂ ਸੁੰਗੜਦੇ ਨੇ, ਜਦੋਂ ਬੰਦੇ ਦਾ ਸਾਹ ਔਖਾ ਹੁੰਦਾ ਆ, ਉਹ ਚਾਹੁੰਦਾ ਮੈਨੂੰ ਕੋਈ ਦਵਾਈ ਦਿੱਤੀ ਜਾਵੇ, ਮੇਰੇ ਕੋਲ ਡਾਕਟਰ ਵਾਰ ਵਾਰ ਆ ਕੇ ਮੈਨੂੰ ਪੁੱਛੇ, ਮੈਨੂੰ ਕੋਈ ਪ੍ਰਬੰਧ ਕਰੇ, ਪਰ ਇਹਦਾ ਕੋਈ ਇਲਾਜ ਨਹੀਂ ਜੇ ਹੈਗਾ। ਸਾਰੀ ਦੁਨੀਆ ਦੇ ਇਲਾਜ ਹੈ ਨਹੀਂ ਗਏ, ਮਤ ਸੋਚੋ ਕਿ ਇੱਥੇ ਗੁਰੂ ਨਾਨਕ ਨਹੀਂ ਹੋ ਰਿਹਾ, ਕਿਤੇ ਇਲਾਜ ਨਹੀਂ ਹੈਗਾ ਇਹਦਾ। ਭਾਈ ਸਾਹਿਬ ਦੀ ਗੱਲ ਕੀਤੀ, ਭਾਈ ਸਾਹਿਬ ਦੀ ਇੱਕ ਆਡੀਓ ਵਾਇਰਲ ਹੋਈ ਸੀਗੀ, ਹਾਂਜੀ, ਜਿਸ 'ਚ ਉਹਨਾਂ ਨੇ ਕਿਹਾ ਮੇਰਾ ਟ੍ਰੀਟਮੈਂਟ ਨਹੀਂ ਹੋ ਰਿਹਾ। ਜਿਹੜਾ ਬੰਦਾ ਜਦੋਂ ਕਿਸੇ ਦੇ ਸਵਾਸ ਨਿਕਲ ਆਵੇ ਤਾਂ ਚਾਹੁੰਦਾ ਕਿ ਮੈਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਦਵਾਈ ਦੇ ਕੇ। ਮੈਂ ਫਿਰ ਤੁਹਾਡੇ ਰਹੇ ਕਹਿੰਦਾ ਕਿ ਇਹਦੀ ਦਵਾਈ ਨਹੀਂ ਜੇ ਹੈਗੀ। ਜਿਹੜੇ ਬੰਦੇ ਦਾ ਇਮਿਊਨ ਸਿਸਟਮ ਵੀਕ ਹੈ, ਓਪਰੇਸ਼ਨ ਹੋਇਆ, ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ ਜਾਂ ਹੋਰ ਕਈ ਤਰ੍ਹਾਂ ਦੀ ਅਸਥਮੇ ਦੀ ਪ੍ਰੋਬਲਮ ਹੈ, ਉਹਨਾਂ ਨੂੰ ਤਾਂ ਇਹ ਬਿਮਾਰੀ ਮਿਲ ਕੇ ਲੈਂਦੀ ਹੈ। ਉੱਥੇ ਕੋਈ ਦਿਆਤ ਫਰਿਆਦ ਹੀ ਹੈ ਨਹੀਂ ਗੀ। ਔਰ ਜੇ 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 ਬਿਮਾਰੀ ਦਾ ਇਲਾਜ ਹੁੰਦਾ ਤਾਂ ਅੱਜ ਦੁਨੀਆ ਰੁਕਦੀ ਕਿਉਂ? ਅੱਜ ਸਾਰਾ ਦੁਨੀਆ ਦਾ ਪਹੀਆ ਰੁਕ ਗਿਆ।
ਆਪਾਂ ਨੂੰ ਗੱਲ ਇੱਕ ਸਮਝ ਲੈਣੀ ਚਾਹੀਦੀ। ਮੈਂ ਸੋਸ਼ਲ ਮੀਡੀਆ ਨੇ ਬੇਨਤੀ ਕਰਦਾ ਕਿ ਜਿੰਨਾ ਖਤਰਾ ਤੁਸੀਂ ਭੁੱਖਮਰੀ ਤੱਕ ਪਾਉਂਦੇ ਜੇ ਜਿੱਦਾਂ ਇਹੋ ਜਿਹਾ ਪਾਉਂਦੇ ਜੇ ਇਹਦੇ ਨਾਲੋਂ ਵੱਧ ਖਤਰੇ ਦੀ ਗੱਲ ਕਰੋ ਕਰੋਨਾ ਵਾਇਰਸ ਦੇ ਖਤਰੇ ਦੀ, ਉਹ ਲੋਕਾਂ ਨੂੰ ਸਮਝ ਨਹੀਂ ਪੈ ਰਿਹਾ ਉਹਦੇ 'ਤੇ ਜ਼ਿਆਦਾ ਹੋ। ਦੇਖੋ ਉਹਨਾਂ ਨੂੰ ਸਪੈਸ਼ਲ ਪਰਮਿਸ਼ਨ ਉਹਨਾਂ ਲਈ ਹੈ, ਮੈਂ ਹੁਣ ਡਾਕਟਰ ਸਾਹਿਬ ਨਾਲ ਗੱਲ ਕਰਦਾ ਹੁਣੇ ਜੇ ਐਂ ਹੀ ਆ ਵੀ ਕੀ ਕਿਵੇਂ ਉਹ ਗਏ ਨੇ ਅਤੇ ਕੀ ਗੱਲ ਹੋਈ ਆ। ਦੇਖੋ ਜੇ ਕੋਈ ਕਮੀ ਹੋਵੇ ਤਾਂ ਅਗਰ ਰੌਲਾ ਪੈਂਦਾ, ਅਦਰਵਾਈਜ਼ ਕਮੀ ਤੋਂ ਬਗੈਰ ਤਾਂ ਨਹੀਂ ਪੈਂਦਾ। ਇਹ ਤਾਂ ਮੈਂ ਦੇਖੋ ਮੰਨਣਾ, ਮੇਰੇ ਨਾ ਮੰਨਣਾ ਕੀ ਉਹ ਕਮੀ ਦੂਰ ਹੋ ਜਾਏਗੀ? ਜਿਹੜਾ ਸੱਚਾਈ ਉਹਨੂੰ ਕਿੱਦਾਂ ਮੁੱਕਰ ਸਕਦਾ? ਪਰ ਮੈਂ ਅੰਮ੍ਰਿਤਸਰ ਸੇ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।